ਹੁਣ ਅਸੀਂ ਗੱਲ ਕਰ ਰਹੇ ਹਾਂ ਵੈਸੇ ਨਗਰ ਦੇ ਕੈਂਡੀਡੇਟ ਦੇ ਨਾਲ ਜਿਹੜੇ ਕਿ ਅਕਾਲੀ ਦਲ ਮਾਨ ਵੱਲੋਂ ਜਿਹੜਾ ਹੈਗਾ ਆਪਣਾ ਇਲੈਕਸ਼ਨ ਲੜ ਰਹੇ ਨੇ। ਵੀਰ ਜੀ ਤੁਹਾਡਾ ਸਵਾਗਤ ਹੈ ਸਾਡੇ ਸ਼ਬਦ ਚੋਚ। ਵੀਰ ਜੀ ਜਿਹੜਾ ਸੇਵਾ ਤੁਹਾਨੂੰ ਮਿਲੀ ਹੈ, ਮਤਲਬ ਜਿਸ ਚੀਜ਼ ਨੂੰ ਲੈ ਕੇ ਪਾਰਟੀ ਨੇ ਤੁਹਾਨੂੰ ਜਿਹੜੀ ਹੈਗੀ ਭੇਟ ਦਿੱਤੀ ਹੈ, ਕਿੰਨਾ ਕੁ ਤੁਹਾਨੂੰ ਲੱਗਦਾ ਕਿ ਮੈਂ ਇਸ ਦੇ ਕਸੌਟੀ ਦੇ ਖਰਾ ਉਤਰੂੰਗਾ? ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਸੇਵਾ 'ਚ ਲੱਗੇ ਹੋ, ਬਹੁਤ ਵੱਡੀ ਸੇਵਾ ਤੁਹਾਡੀ ਹੈ, ਗੁਰੂ ਗ੍ਰੰਥ ਸਾਹਿਬ ਨੇ ਤੁਸੀਂ ਲੜ ਲੱਗ ਕੇ ਆਪਣੇ ਆਪ ਨੂੰ ਜੀਵਨ ਬੜਾ ਵਧੀਆ ਬਣਾਇਆ ਹੈ। ਹਾਂ ਬਿਲਕੁਲ, ਜੋ ਉਹਨਾਂ ਨੇ ਮੈਨੂੰ ਇਹ ਸੇਵਾ ਦਿੱਤੀ ਆ, ਮੈਂ ਉਸ 'ਤੇ ਪੂਰਨ ਤੌਰ ਦੇ ਉੱਤੇ ਖਰਾ ਉਤਰਾਂ, ਅਤੇ ਮੇਰੇ ਜਿਹੜੇ ਉੱਥੋਂ ਦੀ ਪਬਲਿਕ ਆ ਜਾਂ ਸੰਗਤ ਆ ਉੱਥੋਂ ਦੀ, ਮੇਰਾ ਬੜਾ ਸਹਿਯੋਗ ਕਰ ਰਹੀ ਹੈ, ਅਤੇ ਉਹਦੇ ਮੁਤਾਬਕ ਮੈਂ ਚੰਗਾ ਜਿਹੜਾ ਪ੍ਰਦਰਸ਼ਨ ਕਰੂੰਗਾ ਜੀ। ਵੀਰ ਜੀ ਹਰੇਕ ਬੰਦੇ ਨੂੰ ਲੱਗ ਰਿਹਾ ਵੀ ਇਹ ਖੇਡ ਸਾਡੀ ਆ, ਵੀ ਤੁਹਾਡੀ ਨਹੀਂ ਹੈ, ਮਤਲਬ ਹਰੇਕ ਬੰਦਾ ਪੂਰੀ ਤਰ੍ਹਾਂ ਪਰਿਪੱਕ ਹੋ ਕੇ ਅਟੈਕ ਕਰ ਰਿਹਾ ਹੈਗਾ, ਚਾਹੇ ਉਹ ਕਿਸੇ ਵੀ ਕਮਿਊਨਿਟੀ ਨੂੰ ਵਿਸ਼ਵਾਸ ਬਿਲੋਂਗ ਕਰਦਾ ਹੋਵੇ, ਕਿਵੇਂ ਚਾਹੋ ਵਰਨਾਂ ਦੇ ਸਾਂਝੇ ਹੋ ਗਏ ਤੁਸੀਂ ਜਿਹੜੀ ਹੈਗੀ ਹੈ ਇਹ ਖੇਡ ਦੱਸ ਰਹੇ ਹੋ? ਦੇਖੋ ਜੀ, ਹਰ ਇੱਕ ਕੈਂਡੀਡੇਟ ਦਾ ਆਪਾਂ ਆਪਣਾ ਜ਼ੋਰ ਲੱਗਿਆ ਆ, ਆਪਣੀ ਆਪਣੀ ਕਿਸਮਤ ਆ ਅਜਮਾਉਣੀ ਚਾਹੀਦੀ ਆ, ਅਤੇ ਕੋਸ਼ਿਸ਼ ਜਿਹੜੀ ਆਪਣੀ ਜਾਰੀ ਰੱਖਣੀ ਚਾਹੀਦੀ ਆ, ਸੰਘਰਸ਼ ਕਰਨਾ ਚਾਹੀਦਾ ਅਤੇ ਸੰਘਰਸ਼ ਕਰਦੇ ਰਹਿਣਾ ਚਾਹੀਦਾ। ਨਹੀਂ ਜਿੱਦਾਂ ਤੁਸੀਂ ਚਾਹੋ ਵਰਨਾਂ ਦੇ ਸਾਂਝੇ, ਜਿਵੇਂ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਆ ਇਸਾਈ ਆ, ਸਾਰੇ ਬੰਦਿਆਂ ਨੂੰ ਇਉਂ ਲੱਗਦਾ ਵੀ ਤੁਸੀਂ ਕੈਂਡੀਡੇਟ ਨਹੀਂ ਹੋ, ਆਪ ਕੈਂਡੀਡੇਟ ਆ, ਬੜੇ ਪਿਆਰ ਦੇ ਨਾਲ ਤੁਹਾਡੇ ਨਾਲ ਚੱਲ ਰਹੇ ਆ, ਉਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ ਜੀ, ਇੱਥੇ ਸਾਡੇ ਜਿਹੜੇ ਏਰੀਏ ਦੀ ਗੱਲ ਆ, ਇੱਥੇ ਸਾਰੇ ਚੌ ਵਰਨਾਂ ਦੇ ਵਿੱਚ ਜਿੰਨੇ ਵੀ ਲੋਕ ਸਮਾਜ ਦੇ ਵਿੱਚ ਆਉਂਦੇ ਆ, ਜਾਤੀ ਵੰਡ ਆਉਂਦੀ ਜਾਂ ਕੋਈ ਵੀ, ਇੱਥੇ ਏਕਤਾ ਅਤੇ ਇੱਥੇ ਇੱਕ ਦੂਜੇ ਦਾ ਇਤਫਾਕ ਆ, ਅਤੇ ਹਰ ਬੰਦੇ ਦਾ ਹਰ ਜਾਤੀ ਦੇ ਨਾਲ ਪੂਰਾ ਪੂਰਾ ਜਿਹੜਾ ਸਹਿਯੋਗ ਆ, ਅਤੇ ਉਹ ਭਾਈਚਾਰੇ ਵਾਂਗੂ ਵਰਤਦੇ ਸਾਡੇ ਨਾਲ, ਅਤੇ ਨਾਲ ਦੇ ਨਾਲ ਉਹ ਸਾਡਾ ਪੂਰਾ ਅਤੇ ਪੂਰਨ ਸਹਿਯੋਗ ਕਰਦੇ ਆ, ਅਤੇ ਜਦੋਂ ਕਦੇ ਉਹ ਸਮਾਂ ਪੈਂਦਾ ਤਾਂ ਉਹ ਸਾਡੇ ਨਾਲ ਖੜ੍ਹੇ ਹੁੰਦੇ, ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਨੇ, ਅਤੇ ਸਾਡਾ ਪੂਰਨ ਸਹਿਯੋਗ ਕਰਦੇ। ਵੀਰ ਜੀ ਜੋ ਸੱਚਾ ਸੁੱਚਾ ਤੁਹਾਡਾ ਆਚਰਣ ਹੈਗਾ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਹਰ ਰੋਜ਼, ਕੀ ਸੋਚਦੇ ਹੋ ਤੁਸੀਂ ਵੀ ਅੱਜ ਜਿਹੜਾ ਹੈਗਾ ਜ਼ਮਾਨਾ, ਜਿੱਦਾਂ ਬਿਮਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹੈਗੀਆਂ, ਉਹਨਾਂ ਦੇ ਲਈ ਵੀ ਬੜੀ ਪਰੇਸ਼ਾਨੀ ਹੋ ਰਹੀ ਹੈ ਲੋਕਾਂ ਨੂੰ, ਵੀ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਤੁਸੀਂ ਵਿਧਾਇਕ ਬਣ ਕੇ ਜਾਂਦੇ ਹੋ ਤਾਂ ਜਿਹੜੀਆਂ ਹੈਗੀਆਂ ਚੀਜ਼ਾਂ ਇਹਨਾਂ ਦੇ ਵਿੱਚ ਵੀ ਕੋਸ਼ਿਸ਼ ਕਰੋਗੇ ਵੀ ਹੈਲਥ ਨੂੰ ਥੋੜ੍ਹਾ ਜਿਹਾ ਪ੍ਰਮੋਟ ਕੀਤਾ ਜਾਵੇ, ਹੈਲਥ ਦੇ ਜਿਹੜੇ ਲੋਕਾਂ ਦੇ ਡਾਕਟਰ ਹੈਗੇ ਹੋਸਪਿਟਲਾਂ ਦੇ ਵਿੱਚ ਜਾਂ ਹੋਸਪਿਟਲਾਂ ਦੇ ਵਿੱਚ ਹੋਰ ਜਿਹੜੀਆਂ ਪ੍ਰੋਬਲਮਸ ਹੈਗੀਆਂ, ਵੀ ਇੱਕ ਗਰੀਬ ਜਨਤਾ ਦੀ ਜਿਹੜੀ ਹੈਗੀ ਹੈ ਪਹੁੰਚ ਹੋਸਪਿਟਲ ਤੱਕ ਹੁੰਦੀ ਆ, ਵੱਡੇ ਲੋਕ ਤਾਂ ਆਪਾਂ ਨੂੰ ਪਤਾ ਹੀ ਆ ਕਿ ਵੱਡੇ ਵੱਡੇ ਹੋਸਪਿਟਲਾਂ ਨੂੰ ਚੂਜ਼ ਕਰਦੇ ਨੇ, ਲੇਕਿਨ ਇੱਕ ਗਰੀਬ ਜਨਤਾ ਜਿਹੜੀ ਉਹਨੂੰ ਆਉਂਦਾ ਵੀ ਅਸੀਂ ਸਰਕਾਰੀ ਹੋਸਪਿਟਲਾਂ ਜਾਈਏ, ਉਹਨਾਂ ਦੇ ਵੀ ਸੁਧਾਰੋਗੇ? ਹਾਂਜੀ ਬਿਲਕੁਲ, ਮੈਂ ਆਪਣੀ ਕੋਸ਼ਿਸ਼ ਕਰੂੰਗਾ। ਮੇਰਾ ਵੈਸੇ ਵੀ ਬਚਪਨ ਤੋਂ ਲੈ ਕੇ ਜਿਹੜਾ ਮਾਇੰਡ ਰਿਹਾ ਵੀ ਇਹਨਾਂ ਵਾਸਤੇ ਮੈਂ ਹਰ ਥਾਂ 'ਤੇ, ਇਹ ਵੀ ਨਹੀਂ ਕੋਈ ਰਾਜਨੀਤੀ ਵਿੱਚ ਆ ਕੇ, ਪਹਿਲਾਂ ਤੋਂ ਹੀ ਆਪਣਾ ਇਹ ਰਿਹਾ ਵੀ ਆਪਾਂ ਸਹਾਇਤਾ ਕਰਦੇ ਰਹਿੰਦੇ ਹਾਂ, ਅਤੇ ਜੇ ਗੁਰੂ ਨੇ ਕਿਰਪਾ ਕੀਤੀ ਤਾਂ ਮੈਂ ਪੂਰਨ ਤੌਰ 'ਤੇ ਇਹਨਾਂ ਹੋਸਪਿਟਲਾਂ ਦੇ ਅੰਦਰ ਜਾਂ ਪਾਣੀ ਜਿਵੇਂ ਗੰਦਾ ਆਉਂਦਾ ਇਹਦਾ ਸੁਧਾਰਨ ਦੇ ਵਾਸਤੇ ਇਹ ਆਰ ਓ ਸਿਸਟਮ ਲਵਾ ਕੇ, ਅਤੇ ਮੈਂ ਇਹ ਬਿਲਕੁਲ ਉਹਨਾਂ ਨੂੰ ਸਵੱਛ ਪਾਣੀ ਮੁਹੱਈਆ ਕਰਵਾਉਣ ਦਾ ਯਤਨ ਕਰੂੰਗਾ, ਅਤੇ ਵਧੀਆ ਤੋਂ ਵਧੀਆ ਜਿਹੜੇ ਡਾਕਟਰ, ਜਿੱਥੇ ਟੀਚਰਾਂ ਦੀ ਲੋੜ ਆ, ਸ਼ਿਕਸ਼ਾ ਦੀ ਲੋੜ ਆ, ਕਈ ਸਕੂਲਾਂ ਦੇ ਵਿੱਚ ਟੀਚਰ ਬਹੁਤ ਜ਼ਿਆਦਾ ਘੱਟ ਆ, ਅਤੇ ਉਹਨਾਂ 'ਤੇ ਵੀ ਕੰਟਰੋਲ ਕੀਤਾ ਜਾਵੇ ਅਤੇ ਉੱਥੇ ਇਹ ਵੀ ਟੀਚਰ ਵੀ ਮੁਹੱਈਆ ਕੀਤੇ ਜਾਣਗੇ, ਇਹ ਮੇਰੇ ਵੱਲੋਂ ਕੋਸ਼ਿਸ਼ ਹੈ ਜੀ। ਔਰ ਪਿੰਡ ਦੇ ਜਿਹੜੇ ਸਾਂਝੇ ਮਸਲੇ ਆ ਜਿਨ੍ਹਾਂ ਦੇ ਲਈ ਲੋਕਾਂ ਨੂੰ ਥਾਣੇ ਦਰਬਾਰੇ ਜਾਣਾ ਪੈਂਦਾ, ਉਹ ਮਤਲਬ ਆਪਦੇ ਲੈਵਲ ਦੇ ਉੱਤੇ ਨਿਬੇੜ ਕੇ ਉਹਨਾਂ ਨੂੰ ਮਤਲਬ ਪੈਸੀਫਾਈ ਕਰ ਦਿਓ ਦੋਨਾਂ ਧਿਰਾਂ ਨੂੰ, ਵੀ ਦੋਨਾਂ ਦਾ ਜਿਹੜਾ ਹੈਗਾ ਜਿਹਨਾਂ ਉਹਨਾਂ ਨੂੰ ਕੋਈ ਖੱਜਲ ਖਾਰ ਨਾ ਹੋਣਾ ਪਵੇ ਜ਼ਿਆਦਾ? ਇਹ ਮੇਰੀ ਕੋਸ਼ਿਸ਼ ਰਹੂਗੀ ਜੀ, ਮੈਂ ਉਹਨਾਂ ਨੂੰ ਸੰਤੁਸ਼ਟ ਕਰਾਉਣ ਦਾ ਯਤਨ ਕਰੂੰਗਾ। ਬਾਕੀ ਅੱਜ ਵੀ ਸਾਡੀ ਪੰਚਾਇਤ ਦੇ ਅੰਦਰ ਜਾਂ ਏਰੀਏ ਦੇ ਅੰਦਰ ਜਦੋਂ ਵੀ ਉੱਥੇ ਇਹ ਇੱਦਾਂ ਦੀ ਸਮੱਸਿਆ ਆਉਂਦੀ ਆ ਅਤੇ ਅਸੀਂ ਇਕੱਠੇ ਹੋ ਕੇ ਅਤੇ ਉਹ ਉੱਥੇ ਹੀ ਨਿਬੇੜ ਦਿੰਦੇ ਹਾਂ, ਬਹੁਤਾ ਥਾਣੇ ਦਰਵਾਜ਼ੇ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ। ਵੀਰ ਜੀ ਨਸ਼ਾ ਜਿਹੜਾ ਕਿ ਘੁੰਮ ਨੂੰ ਅੱਜ ਜਿਹੜਾ ਹੈਗਾ ਸਾਰੇ ਰਾਸ਼ਟਰ ਨੂੰ ਖਾ ਰਿਹਾ, ਹਿੰਦੁਸਤਾਨ ਨੂੰ ਖਾ ਰਿਹਾ, ਉਹਦੇ ਲਈ ਵੀ ਤੁਸੀਂ ਵੀ ਨਸ਼ੇ 'ਚ ਬੱਚੇ ਜਦੋਂ ਲੱਗਦੇ ਆ, ਕਿਉਂਕਿ ਉਹਨਾਂ ਦਾ ਮਾਇੰਡ ਸੈਟਅਪ ਜਿਹੜਾ ਹੈਗਾ ਵਧੀਆ ਨਹੀਂ ਹੁੰਦਾ, ਉਹਨਾਂ ਨੂੰ ਕੋਈ ਵੀ ਜਿਹੜਾ ਵੀ ਆਪਦੇ ਆਪਦੇ ਧਰਮ 'ਚ ਉਹਨਾਂ ਨੂੰ ਪਰਿਪੱਕ ਕਰਵਾ ਕੇ ਕੋਸ਼ਿਸ਼ ਕਰੋਗੇ ਕਿ ਮੈਂ ਧਾਰਮਿਕ ਜਿਹੜੇ ਹੈਗੇ ਆ ਪ੍ਰੋਗਰਾਮ ਜ਼ਿਆਦਾ ਤੋਂ ਜ਼ਿਆਦਾ ਔਰਗਨਾਈਜ਼ ਕਰਾ ਕੇ ਜਿਹਨਾਂ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਸ਼ਾਂਤੀ ਜੀ ਮਿਲੇ, ਉਹਨਾਂ ਨੂੰ ਤਸੱਲੀ ਜੀ ਮਿਲੇ? ਵੈਸੇ ਤਾਂ ਮੇਰਾ ਧਾਰਮਿਕ ਪੱਖ 'ਤੇ ਵੀ ਜਿਵੇਂ ਮੈਂ ਗ੍ਰੰਥੀ ਸਿੰਘ ਆ ਜਾਂ ਮੈਂ ਕਥਾ ਵੀ ਕਰਦਾ ਆਮ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਵਿਚਰਦਾ, ਮੇਰਾ ਮੈਸੇਜ ਪਹਿਲਾਂ ਤੋਂ ਸਟਾਰਟਿੰਗ ਤੋਂ ਰਿਹਾ ਵਾ
ਵੀ ਨਸ਼ੇ ਵੱਲੋਂ ਮੈਂ ਉਹਨਾਂ ਨੂੰ ਸਮਝਾਉਂਦਾ ਰਹਿੰਦਾ ਭਾਈ ਇਹ ਨਸ਼ਾ ਨਾ ਕਰੋ ਅਤੇ ਬਹੁਤ ਜ਼ਿਆਦਾ ਇਸ ਗੱਲ ਤੋਂ ਮੰਨ ਕੇ ਇਸ ਗੱਲ ਨੂੰ ਉਹਨਾਂ ਨੇ ਅਤੇ ਪੂਰਨ ਸਹਿਯੋਗ ਕਰਕੇ ਮੇਰਾ ਅਤੇ ਬਹੁਤ ਜਿਹੜੇ ਨੌਜਵਾਨ ਨੇ ਛੱਡ ਵੀ ਦਿੱਤਾ ਅਤੇ ਫਿਰ ਵੀ ਮੇਰੇ 'ਤੇ ਪ੍ਰਚਾਰ ਤਾਂ ਕਰਦਾ ਰਹਿੰਦਾ ਜੀ ਅਤੇ ਜੇ ਇਸ ਲੈਵਲ 'ਤੇ ਆ ਤਾਂ ਮੈਂ ਡੱਟ ਕੇ ਜਾਂ ਪ੍ਰਚਾਰ ਕਰੂੰਗਾ ਅਤੇ ਇਸ ਨਸ਼ੇ ਨੂੰ ਠੱਲ ਪਾਉਣ ਲੱਗ ਜਾਵਾਂਗਾ। ਔਰ ਮਾਨ ਸਾਹਿਬ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈਗੀ ਆ ਕੌਮ ਲਈ ਸਮਰਪਿਤ ਕੀਤੀ ਹੈ, ਉਹਨਾਂ ਨੇ ਜੋ ਕੌਨਫੀਡੈਂਸ ਤੁਹਾਡੇ 'ਚ ਦਿਖਾਇਆ, ਜੋ ਆਪਾਂ ਦੇਖ ਰਹੇ ਹਾਂ ਕਿ ਬਰਗਾੜੀ ਵਿਖੇ ਹੁਣ ਉਹਨਾਂ ਨੇ ਆਪਣੇ ਰਾਤ ਦਿਨ ਦੀ ਪਰਵਾਹ ਕੀਤੇ ਬਿਨਾਂ ਜਿਹੜਾ ਹੈਗਾ ਆਪਣਾ ਪੂਰਾ ਤਰ੍ਹਾਂ ਨਾਲ ਉਹ ਜੁਟੇ ਹੋਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖਾਤਰ, ਉਹਨਾਂ ਨੇ ਆਪਣੀ ਸਾਰੀ ਜਿਹੜੀ ਹੈਗੀ ਜ਼ਿੰਦਗੀ ਇਸ ਚੀਜ਼ ਦੇ ਉੱਤੇ ਲਾਈ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮਾਨ ਸਾਹਿਬ ਦੀ ਗੱਲ ਕਰੀਏ ਤੇ ਉਹਨਾਂ ਦਾ ਧਰਮ ਲਈ ਬਹੁਤ ਵੱਡਾ ਸਹਿਯੋਗ ਆ। ਉਹ ਧਰਮ ਦੀ ਖਾਤਰ ਉਹਨਾਂ ਨੇ ਆਪਣਾ ਜੀਵਨ ਜਿਹੜਾ ਇੱਧਰ ਲਾ ਦਿੱਤਾ। ਸੋ ਉਹਨਾਂ ਵੱਲੋਂ ਇੱਕ ਨਿਮਾਣੇ ਜੀ ਨੂੰ ਮੈਨੂੰ ਇਸ 'ਚ ਉੱਚੇ ਲੈਵਲ 'ਤੇ ਆਉਣ ਵਾਸਤੇ ਵੀ ਉਹਨਾਂ ਨੇ ਮੇਰੀ ਬਾਂਹ ਪਕੜੀ ਆ ਅਤੇ ਮੈਂ ਸੋਚਦਾ ਵਾਂ ਕਿ ਉਹ ਮੇਰਾ ਸਾਥ ਹਮੇਸ਼ਾ ਦਿੰਦੇ ਰਹਿਣਗੇ ਅਤੇ ਮੈਂ ਉਹਨਾਂ ਦਾ ਸਾਥ ਦਿੰਦਾ ਰਹਾਂਗਾ। ਜਿਹੜੀ ਗੱਲ ਬਰਗਾੜੀ ਦੀ ਆ, ਇਹ ਧਰਮ ਦੀ ਗੱਲ ਹੈ ਅਤੇ ਜਿਹੜੀ ਸਾਡੀ ਸੰਗਤ ਆ ਉਹ ਸੰਘਰਸ਼ ਕਰ ਰਹੀ ਆ, ਬਹੁਤ ਵੱਡੇ ਦੁੱਖ ਵਾਲੀ ਗੱਲ ਉੱਥੇ ਜੇ ਮਹਿਬਲ ਕਲਾਂ ਗੁਰੂ ਗ੍ਰੰਥ ਸਾਹਿਬ ਜੀ ਵੇਚ ਵੀ ਹੋਈ ਆ ਅਤੇ ਸਾਡਾ ਵੀ ਜਦਨ ਇੱਥੋਂ ਰਾਜਸਥਾਨ ਤੋਂ ਰਹਿੰਦਾ ਵਾ, ਅਸੀਂ ਸਮੇਂ ਸਮੇਂ 'ਤੇ ਉੱਥੇ ਜਾਂਦੇ ਰਹਿੰਦੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ, ਪੂਰਾ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਹਾਂ। ਕੀ ਤੁਹਾਡਾ ਮੈਸੇਜ ਰਹੂਗਾ ਭੈਣ ਭਰਾਵਾਂ ਨੂੰ ਸਾਡੇ ਜਿਹੜੇ ਦੇਖਣ ਵਾਲੇ ਆ ਵੀ MLA ਬਣਨ ਤੋਂ ਬਾਅਦ ਵਿੱਚ ਜਿੱਦਾਂ ਹੁਣ ਤੁਸੀਂ ਗਾਂਧੀ ਸਿੰਘ ਬਣ ਕੇ ਸੇਵਾ ਕਰ ਰਹੇ ਹੋ, ਲੋਕਾਂ ਦੇ ਫੋਨ ਚੱਕ ਰਹੇ ਹੋ, ਲੋਕਾਂ ਦੇ ਜਿਹੜੇ ਸਾਂਝੇ ਮਸਲੇ ਆ, ਪਹਿਲਾਂ ਹੀ ਇਹ ਸਾਰੀਆਂ ਚੀਜ਼ਾਂ ਕੰਮ ਕਰ ਰਹੇ ਹੋ ਅਤੇ ਆਉਣ ਵਾਲੇ ਸਮੇਂ 'ਚ ਹੋਰ ਪਰਿਪੱਕ ਹੋ ਗਏ ਚੀਜ਼ਾਂ 'ਚ? ਮੇਰਾ ਪਹਿਲਾ ਵਿਸ਼ਾ ਇਹ ਰਹੂਗਾ ਵੀ ਮੈਂ ਜੋ ਵੀ ਅੱਜ ਤੱਕ 70 ਸਾਲ ਦੇ ਵਿੱਚ MLA ਬਣੇ ਆ, ਉਹਨਾਂ ਨੇ ਕਦੇ ਇਸ ਮਸਲੇ 'ਤੇ ਗੱਲ ਨਹੀਂ ਕੀਤੀ, ਕਿਸਾਨਾਂ ਬਾਰੇ, ਮਜ਼ਦੂਰਾਂ ਬਾਰੇ, ਵਪਾਰੀਆਂ ਬਾਰੇ, ਵਿਧਾਨ ਸਭਾ ਦੇ ਵਿੱਚ ਇੱਕ ਵਾਰ ਵੀ ਨਹੀਂ ਬੋਲੇ। ਮੇਰਾ ਯਤਨ ਇਹ ਰਹੇਗਾ ਵਿਧਾਨ ਸਭਾ ਦੇ ਵਿੱਚ ਮੈਂ ਬੋਲਾਂਗਾ ਇਸ ਵਿਸ਼ੇ ਦੇ ਉੱਤੇ ਅਤੇ ਮੈਂ ਕੋਸ਼ਿਸ਼ ਆਪਣੀ ਕਰਾਂਗਾ ਕਿ ਇਹਨਾਂ ਨੂੰ ਸੰਤੁਸ਼ਟ ਕਰਾਂ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਜਾਂਦੇ ਜਾਂਦੇ ਕੀ ਤੁਹਾਡਾ ਕੀ ਕਹਿਣਾ ਚਾਹੋਗੇ, ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਜਿਹੜੇ ਉਹ ਸੋਚਦੇ ਹੁੰਦੇ ਵੀ ਤੇਰੀ ਜਾਂਦੀ ਜਿਹੜੇ ਸਾਡੀ ਜਾਂਦੀ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਦੇਖੋ ਜਿਹੜਾ ਵੋਟ ਆ ਉਹਨੂੰ ਐਂ ਕਰ ਕੇ ਵੀ ਮਤਦਾਨ ਆ, ਹੁਣ ਤੁਸੀਂ ਜਿਹੜਾ ਦਾਨ ਕਰਨਾ ਉਹ ਆਪਣੇ ਅਕਲ ਦੇ ਨਾਲ ਚੰਗੀ ਤਰ੍ਹਾਂ ਸੋਚ ਕੇ ਉਹ ਦਾਨ ਕਰੋ। ਮੈਂ ਤਾਂ ਇਹੀ ਯਤਨ ਕਹਾਂਗਾ ਨੌਜਵਾਨਾਂ ਨੂੰ ਵੀ ਜਿਹੜਾ ਤੁਸੀਂ ਦਾਨ ਕਰਨਾ ਇੱਕ ਵਾਰ ਮੈਨੂੰ ਸੇਵਾ ਦਿਓ ਅਤੇ ਮੈਂ ਇਸ 'ਤੇ ਪੂਰਨ ਤੌਰ 'ਤੇ ਮੈਂ ਆਪ ਜੀ ਨੂੰ ਭਰੋਸਾ ਦਵਾਉਣਾ, ਜੋ ਮੈਂ ਆਪ ਜੀ ਦੇ ਵਾਅਦੇ ਕਰਾਂਗਾ ਉਹਨਾਂ 'ਤੇ ਪੂਰਨ ਤੌਰ 'ਤੇ ਉਤਰਾਂਗਾ। ਥੈਂਕ ਯੂ।